ਹਾਂ ਪੁੱਤਾ ਮੈਨੂੰ ਨਾ ਥੋੜੇ ਜਿਹੇ ਪੈਸੇ ਦੀ ਲੋੜ ਸੀਗੀ। ਕੀ ਕਰਨੇ ਪੁੱਤਾ? ਬਾਪੂ ਕਾਲਜ ਦੀ ਫੀਸ ਜੀ ਭਰਨੀ ਆ ਤੇ ਨਾਲੇ 20 ਤਰੀਕ ਨੂੰ ਫੰਕਸ਼ਨ ਆ ਕਾਲਜ 'ਚ, ਉਹ ਸਾਰੀਆਂ ਸਹੇਲੀਆਂ ਨੇ ਨਵੇਂ ਸੂਟ ਸਵਾਏ ਆ। ਅੱਛਾ ਐਂ ਕਰ ਪੁੱਤਾ, ਆਹ ਚੱਕ ਤੀਏ ਪੈਸੇ, ਨਾਲੇ ਸੂਟ ਲੈ ਲਾ, ਨਾਲੇ ਆਪਦੀ ਪੇਪਰਾਂ ਦੀ ਫੀਸ ਭਰ ਦੇ। ਪਰ ਮੇਰੇ ਤੇ ਪਹਿਲੇ ਵੀ ਨੰਬਰ ਤੇ ਆਉਣੀ ਚਾਹੀਦੀ ਆ ਪੇਪਰਾਂ 'ਚ। ਠੀਕ ਹੈ ਬਾਪੂ। ਹੋਰ ਤਾਂ ਨਹੀਂ ਚਾਹੀਦੇ? ਨਾ ਨਾ ਬਾਪੂ, ਇੰਨੇ 'ਚ ਤਾਂ 2 ਸੂਟ ਆ ਜਾਣਗੇ। ਠੀਕ ਹੈ ਰਮਣ, ਅੱਜ ਤਾਂ ਕੋਈ ਖਾਸ ਦਿਨ ਲੱਗਦਾ ਹੈ, ਬੜੀ ਸੋਹਣੀ ਲੱਗ ਰਹੀ ਅੱਜ ਤਾਂ ਤੂੰ। ਸੱਚੀ ਬੰਟੀ? ਹਾਂ ਰਮਣ, ਅੱਜ ਤਾਂ ਇੱਦਾਂ ਲੱਗਦਾ ਜਿਵੇਂ ਜ਼ਮੀਨ ਅਸਮਾਨ ਦਾ ਸਾਰਾ ਹੁਸਨ ਤੇਰੀ 'ਤੇ ਲੱਗਿਆ ਹੋਵੇ। ਅੱਜ ਤਾਂ ਤੂੰ ਸੂਟ ਹੀ ਬੜਾ ਸੋਹਣਾ ਪਾਇਆ ਹੈ। ਸੱਚੀ ਬੰਟੀ, ਮੈਂ ਇੰਨੀ ਸੋਹਣੀ ਲੱਗਦੀ ਹਾਂ? ਹਾਂ ਰਮਣ, ਅੱਜ ਤਾਂ ਤੂੰ ਬਹੁਤ ਸੋਹਣੀ ਲੱਗ ਰਹੀ ਹੈ, ਅੱਜ ਤਾਂ ਇੱਦਾਂ ਲੱਗਦਾ ਜਿਵੇਂ ਆਹ ਸੂਟ ਤਾਂ ਨਵੀਂ ਲਿਆ ਹੋਵੇ। ਹਾਂਜੀ ਬੰਟੀ, ਬਸ ਇੱਦਾਂ ਹੀ ਸਮਝੋ, ਮੈਂ ਸੂਟ ਫੰਕਸ਼ਨ 'ਤੇ ਪਾਉਣ ਵਾਸਤੇ ਬਣਵਾਇਆ ਸੀਗਾ ਅਤੇ ਮੈਂ ਸੋਚਿਆ ਤੁਹਾਨੂੰ ਦਿਖਾ ਕੇ ਆਵਾਂ ਕਿੱਦਾਂ ਲੱਗਦਾ। ਹਾਂ ਰਮਣ, ਬਹੁਤ ਸੋਹਣਾ ਲੱਗ ਰਿਹਾ ਸੂਟ, ਅੱਜ ਤਾਂ ਇੱਦਾਂ ਲੱਗਦਾ ਵੀ ਸਾਰਾ ਦਿਨ ਬਸ ਤੈਨੂੰ ਦੇਖੀ ਜਾਵਾਂ ਮੈਂ। ਚੱਲ ਯਾਰ, ਹੁਣ ਖੜ੍ਹੇ ਗੱਲਾਂ ਕਰੀ ਜਾਊਂਗੇ, ਆਪਾਂ ਕਿਤੇ ਬੈਠ ਕੇ ਗੱਲ ਕਰਦੇ ਹਾਂ। ਚੱਲ ਆ। ਹੋਰ ਰਮਣ, ਘਰੇ ਠੀਕ ਨੇ ਸਾਰੇ? ਹਾਂਜੀ, ਘਰੇ ਤਾਂ ਸਭ ਠੀਕ ਆ, ਤੁਸੀਂ ਦੱਸੋ ਬਾਪੂ ਕਿਵੇਂ ਆ? ਬਾਪੂ ਜੀ ਤਾਂ ਠੀਕ ਨੇ, ਮੈਂ ਤੈਨੂੰ ਇੱਕ ਹਫ਼ਤਾ ਪਹਿਲਾਂ ਗੱਲ ਕਹੀ ਸੀ ਇੱਕ, ਤੂੰ ਗੌਰ ਕੀਤੀ ਕਿ ਨਾ ਮੇਰੀ ਗੱਲ ਦੀ? ਕਿਹੜੀ ਗੱਲ ਬੰਟੀ? ਯਾਰ ਹੱਦ ਹੈ ਰਮਣ, ਤੂੰ ਭੁੱਲ ਵੀ ਗਈ ਯਾਰ। ਬੰਟੀ ਕੀ ਗੱਲ ਕਹੀ ਸੀ? ਮੈਂ ਤਾਂ ਸੱਚੀ ਭੁੱਲ ਗਈ। ਸ਼ਿਮਲੇ ਟੂਰ ਤੇ ਜਾਣ ਵਾਲੀ ਗੱਲ ਕਹਿਣਾ, ਮੈਂ ਤਾਂ ਕੀਤੀ ਕੋਈ ਸਲਾਹ ਨਾ। ਕੋਈ ਨਾ ਬੰਟੀ, ਚੱਲ ਪਾਂਗੇ ਟੂਰ ਤੇ, ਮੈਂ ਲਾਨੀ ਆ ਕੋਈ ਸਕੀਮ, ਮੈਨੂੰ ਥੋੜਾ ਟਾਈਮ ਤਾਂ ਦੇ। ਉਹ ਚੱਲ ਯਾਰ, ਤੂੰ ਤਾਂ ਸਕੀਮਾਂ ਹੀ ਲਈ ਚੱਲੀ, ਬਸ ਕਦੇ ਪੂਰੀ ਨਾ ਪਾਈ ਮੇਰੀ ਗੱਲ ਦੀ। ਯਾਰ ਗੁੱਸੇ ਕਾ ਤੂੰ? ਉਹ ਚੱਲ ਠੀਕ ਹੈ, ਨਹੀਂ ਗੁੱਸੇ ਹੁੰਦਾ। ਚੱਲ ਠੀਕ ਹੈ, ਨਾਲੇ ਗੌਰ ਕਰ ਲਈ ਮੇਰੀ ਗੱਲ ਦੀ। Thank you.
ਦੇਖ ਚਾਚਾ, ਦੋ ਤਿੰਨ ਹੈਗੇ ਨੇ ਮੁੰਡੇ ਮੇਰੀ ਨਿਗਾਹ 'ਚ, ਜੇ ਤੂੰ ਕਹੇ ਤਾਂ ਮੈਂ ਗੱਲ ਚਲਾ ਲੈਣਾ। ਉਹ ਦੇਖ ਭਤੀਜਾ, ਮੇਰੀ ਧੀ ਵਧੀਆ ਪੜ੍ਹੀ ਲਿਖੀ ਆ, ਉਹਦੇ ਵਾਸਤੇ ਮੈਂ ਪੜ੍ਹਿਆ ਲਿਖਿਆ ਮੁੰਡਾ ਹੀ ਲੱਭਣਾ, ਵਧੀਆ ਕਾਰੋਬਾਰ ਵਾਲਾ। ਚਾਚਾ ਕਿੰਨਾ ਕੁ ਪੜ੍ਹੀ ਆ ਰਮਨ? ਉਹ ਮੇਰੀ ਰਮਨ ਨੇ BA ਕੀਤੀ ਆ, ਅੱਗੇ ਵੀ ਪੜ੍ਹ ਰਹੀ ਆ, ਕੱਲ੍ਹ ਹੀ ਫੀਸ ਭਰੀ ਆ ਉਹਨੇ। ਅੱਛਾ, ਉਹ ਗੱਲ ਤਾਂ ਤੇਰੀ ਸਹੀ ਆ ਚਾਚਾ, ਧੀ ਤਾਂ ਤੇਰੀ ਸਿਆਣੀ ਹੈ, ਤੂੰ ਟੈਨਸ਼ਨ ਨਾ ਲੈ, ਇਹਦੇ ਵਾਸਤੇ ਰਿਸ਼ਤਾ ਆਪਾਂ ਵਧੀਆ ਲੱਭਾਂਗੇ, ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਊਗਾ। ਆਪੇ ਧਿਆਨ ਨਾਲ ਦੇਖ ਲਈ, ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਵੇ, ਆਪਦੇ ਪੈਰਾਂ 'ਤੇ ਖੜ੍ਹਦਾ ਹੋਵੇ। ਠੀਕ ਆ ਠੀਕ ਆ, ਚੱਲ ਠੀਕ ਆ ਚਾਚਾ, ਮੈਂ ਚੱਲਦਾ ਫਿਰ, ਜੇ ਕੀ ਹੋਇਆ ਮੈਂ ਤੁਹਾਨੂੰ ਦੱਸੂੰਗਾ। ਠੀਕ ਆ, ਹਾਂ। ਮੇਰੀ ਧੀ ਜਵਾਨ ਹੋ ਗਈ ਘਰ ਸਾਹਮਣੇ ਵਾਲੀ, ਤੇਰੇ ਰਿਸ਼ਤੇ ਦੀ ਗੱਲ ਕਰ ਦਿੱਤੀ। ਬਾਪੂ ਮੈਂ ਨਹੀਂ ਹਲੇ ਰਿਸ਼ਤਾ ਕਰਾਉਣਾ, ਮੈਂ ਤਾਂ ਹਲੇ ਪੜ੍ਹਨਾ। ਉਹ ਕੋਈ ਨਾ ਧੀ, ਇਹ ਨਾਲ ਨਾਲ ਪੜ੍ਹੀ ਜਾਈ, ਹਜੇ ਤਾਂ ਰਿਸ਼ਤਾ ਲੱਭਣ ਹੀ ਲੱਗਿਆ, ਸਾਲ ਤਾਂ ਲੱਗ ਹੀ ਜਾਣਾ। ਰਮਨ ਅੱਜ ਵੀ ਲੇਟ ਹੋ ਗਈ, 10 ਵਾਲੀ ਬੱਸ ਵੀ ਲਾਂਗੇ। ਯਾਰ ਮੈਂ ਨਹੀਂ ਬੋਲਣਾ ਤੇਰੇ ਨਾਲ, ਮੈਂ ਤਾਂ ਗੁੱਸਿਆਂ ਤੇਰੇ ਨਾਲ, ਰੋਜ਼ ਹੀ ਲੇਟ ਆਉਣ ਲੱਗ ਗਈ ਤੂੰ ਤਾਂ ਕਾਲਜ। ਯਾਰ ਅੱਜ ਨਾ ਥੋੜ੍ਹਾ ਘਰੇ ਕੰਮ ਹੋ ਗਿਆ ਸੀ, ਇੱਕ ਬਾਪੂ ਬਾਹਰ ਗਏ ਹੋਏ ਸੀ ਤਾਂ ਕਰਕੇ ਲੇਟ ਹੋ ਗਈ। ਯਾਰ ਪਲੀਜ਼ ਤੂੰ ਗੁੱਸੇ ਨਾ ਹੋਇਆ ਕਰ। ਚੱਲ ਠੀਕ ਹੈ, ਨਹੀਂ ਗੁੱਸੇ ਹੁੰਦਾ, ਚੱਲ ਆਪਾਂ ਬਹਿ ਕੇ ਗੱਲ ਕਰਦੇ ਹਾਂ। ਹਾਂਜੀ। ਤੇਰੀ ਉਮਰ ਤਾਂ ਹੋ ਰਹੀ ਹੈ ਵਿਆਹ ਦੀ। ਯਾਰ ਕੀ ਹੈ ਬੰਟੀ, ਤੂੰ ਮੇਰੀ ਗੱਲ ਸੀਰੀਅਸ ਨਹੀਂ ਲੈਂਦਾ, ਹਰ ਗੱਲ ਮਜ਼ਾਕ 'ਚ ਲੈ ਜਾਂਦਾ। ਉਹ ਗੱਲ ਮਜ਼ਾਕ ਦੀ ਨਹੀਂ, ਮੈਂ ਆਪਣੇ ਖੁਦ ਨਾਲ ਰਿਸ਼ਤਾ ਕਰਵਾਉਣ ਦੀ ਗੱਲ ਕਰ ਰਿਹਾ ਮੈਂ। ਯਾਰ ਬੰਟੀ ਸੱਚੀ ਆਈ ਲਵ ਯੂ ਯਾਰ, ਨਾਲੇ ਮੈਂ ਹੁਣ ਤੇਰੇ ਬਿਨਾਂ ਨਹੀਂ ਰਹਿ ਸਕਦੀ, ਮੈਂ ਤੇਰੇ ਨਾਲ ਹੀ ਰਹਿਣਾ। ਚੱਲ ਠੀਕ ਹੈ, ਹੁਣ ਕਿਤੇ ਵੀ ਪਿਆਰ 'ਚ ਪਾਗਲੀ ਨਾ ਹੋਊਗੀ। ਨਾਲੇ ਇੱਕ ਗੱਲ ਸੁਣ ਲੈ ਮੇਰੀ ਹੁਣ ਗੌਰ ਨਾਲ, ਨਾਲੇ ਤੂੰ ਇੱਕ ਸਮਾਰਟ ਫੋਨ ਲੈ ਲੈ, ਹੁਣ ਸ਼ਾਮ ਨੂੰ ਤੇਰੇ ਨਾਲ ਮੈਂ ਵੀਡੀਓ ਕਾਲ 'ਤੇ ਗੱਲ ਕਰਿਆ ਕਰਨੀ ਹੈ। ਉਹ ਕੋਈ ਗੱਲ ਨਹੀਂ ਯਾਰ, ਪੇਪਰਾਂ ਤੋਂ ਬਾਅਦ ਲੈ ਲੂੰਗੀ। ਪੇਪਰਾਂ 'ਚ ਤਾਂ ਅਜੇ 6 ਮਹੀਨੇ ਪਏ ਨੇਗੇ, ਤੂੰ ਫੋਨ ਹੁਣ ਹੀ ਲੈ ਲੈ, ਦੱਸਦਾ ਬਸ ਮੈਂ ਤੈਨੂੰ। ਚਲੋ ਕੋਈ ਨਾ, ਦੇਖ ਚੱਲ ਲੈਕਚਰ ਲੱਗਣਾ ਮੈਂ ਮਿਲਵਾਂਗਾ। ਬਾਹਲੀ ਉਹ ਸੀਰੀਅਸ ਹੋਈ ਬੈਠੀ ਆ ਮੇਰੇ ਪਿੱਛੇ, ਹੁਣ ਤਾਂ ਲੱਗਦਾ ਕਬੂਤਰੀ ਫਸ ਗਈ ਜਾਲ 'ਚ। ਨਾਲੇ ਬਾਪੂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਕੀ ਗੱਲ ਕਰਨੀ ਬਤਾ? ਉਹ ਮੇਰੀ ਕਾਲਜ ਦੀ ਪੜ੍ਹਾਈ ਨਾ ਸਾਰੀ ਆਨਲਾਈਨ ਹੁੰਦੀ ਜਾਂਦੀ ਆ, ਅਤੇ ਮੈਨੂੰ ਇੱਕ ਸਮਾਰਟ ਫੋਨ ਲੈ ਦਿਓ। ਕਿੰਨੇ ਕੁ ਦਊਗਾ ਪੁੱਤ ਫੋਨ ਤੇਰਾ? ਬਾਪੂ ਵਧੀਆ ਫੋਨ 10,000 ਦਾ ਆਜੂ, ਨਾਲੇ ਬਾਪੂ ਉਹ 'ਚ ਮੇਰਾ ਸਾਰਾ ਕਾਲਜ ਦਾ ਕੰਮ ਹੋ ਜਾਵੇਗਾ।
ਕੋਈ ਨਾ ਪੁੱਤ, ਮੈਂ ਜਾ ਆਉਂ ਸਵੇਰੇ ਆੜਤੀ ਕੋਲੇ, ਤੈਨੂੰ ਲਿਆ ਦੂੰਗਾ ਪੈਸੇ। ਚੰਗਾ ਠੀਕ ਹੈ ਬਾਪੂ। ਹਾਂ ਪਾਣੀ ਲਿਆ ਠੰਡਾ ਜਿਹਾ ਪੁੱਤ। ਰਾਮਨਾ। ਹਾਂਜੀ ਬਾਪੂ। ਹਾਲ ਹੈ ਪੁੱਤ ਤੇਰਾ ਫੋਨ। ਥੈਂਕ ਯੂ ਬਾਪੂ। ਹਾਏ ਬਾਪੂ ਕਿੱਡਾ ਸੋਹਣਾ ਨਾ। ਸੋਹਣਾ ਪੁੱਤ। ਹਾਂ ਬਾਪੂ। ਸੀਰੀਅਸ ਤਾਂ ਹੁਣ ਮੇਰੇ ਪਿੱਛੇ ਪੂਰੀ ਹੋਈ ਵਰਗੀ ਹੈ। ਹੁਣ ਤਾਂ ਬਸ ਇਹਨੂੰ ਮੈਂ ਛੇਤੀ ਟੂਰ 'ਤੇ ਜਾਣ ਲਈ ਮਨਾਵਾਂ। ਮੈਂ ਚੱਲ ਸਵੇਰੇ ਕਰਦਾ ਫੋਨ ਇਹਨੂੰ। ਮੈਂ ਨਾਲੇ ਬੀਤਰੀ ਕੌਣ ਪੱਖੀ ਰਹੀ ਫਿਰ, ਕਿਤੇ ਮੈਂ ਬੇਟੀ ਕਰਦਾ ਰਹਿ ਜਾਂ ਤੇਰੀ। ਆ ਜੀ ਸਹੀ ਟਾਈਮ 'ਤੇ ਜਮਾਂ। ਚੰਗਾ ਪੁੱਤ, ਖਿਆਲ ਰੱਖਿਆ ਤਾਂ। ਹਾਂ ਬਾਪੂ ਕੋਈ ਗੱਲ ਨਹੀਂ।
ਇੱਕ ਬਹੁਤ ਵੱਡਾ ਸੁਪਨਾ ਸੀਗਾ, ਇਹ ਵੀ ਅੱਜ ਪੂਰਾ ਹੋ ਗਿਆ। ਯਾਰ ਹਲੇ ਕਿੱਥੇ, ਹਲੇ ਤੇ ਇੱਕ ਹੋਰ ਸੁਪਨਾ ਰਹਿੰਦਾ। ਹੋਰ ਕਿਹੜਾ? ਯਾਰ ਆਪਣੇ ਵਿਆਹ ਦਾ। ਉਹ ਕੋਈ ਨਾ, ਵਿਆਹ ਵੀ ਹੋ ਜੂਗਾ ਹੌਲੀ ਹੌਲੀ।
ਆ ਕਿਹੜੀ ਖਬਰ ਆ ਗਈ? ਸਰੀਰ ਹਰਕਤਾਂ ਕਰਦੇ ਮੁੰਡਾ ਅਤੇ ਕੁੜੀ ਪੁਲਿਸ ਦੇ ਅੜਿੱਕੇ, ਇਹ ਵੀ ਜਵਾਕ ਜੇ ਸਮਝਦੇ ਨਹੀਂ ਅੱਜ ਕੱਲ੍ਹ ਦੇ। ਜਾਣਕਾਰੀ ਦਿੰਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮੁੰਡਾ ਬੰਟੀ ਸਿੰਘ ਪੁੱਤਰ ਜਗਮੇਲ ਸਿੰਘ ਅਤੇ ਕੁੜੀ ਰਮਨਪ੍ਰੀਤ ਕੌਰ ਪੁੱਤਰੀ ਭੋਲਾ ਸਿੰਘ। ਤੂੰ ਮੇਰੇ ਨਾਲ ਚੰਗੀ ਨਹੀਂ ਕੀਤੀ, ਮੈਂ ਤੈਨੂੰ ਇਹਨੇ ਲਾਡਾਂ ਨਾਲ ਪਾਲਿਆ ਤੀ, ਹੁਣ ਮੇਰਾ ਇੱਥੇ ਜਿਉਣ ਦਾ ਕੋਈ ਹੱਕ ਨਹੀਂ, ਕੋਈ ਹੱਕ ਨਹੀਂ ਮੇਰਾ ਇੱਥੇ ਜਿਉਣ ਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਸਾਡੀ ਆਉਣ ਵਾਲੀ ਹਰ ਵੀਡੀਓ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ। ਅਤੇ ਜੇ ਕੋਈ ਫੀਮੇਲ ਐਕਟਰ ਸਾਡੇ ਨਾਲ ਕੰਮ ਕਰਨਾ ਚਾਹੁੰਦੀ ਹੈ ਤਾਂ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦੀ, ਨਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹਨੇ ਨਹੀਂ ਕੀਤਾ, ਅਤੇ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦੇ। ਧੰਨਵਾਦ ਜੀ।